ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਵਿੱਕੀ ਬਾਦਸ਼ਾਹ ਵਾਕਈ ਲੋਕਾਂ ਦੇ ਦਿਲਾਂ ਦਾ ਬਾਦਸ਼ਾਹ ਸੀ। ਉਸਦੀ ਅੰਤਿਮ ਵਿਦਾਈ ਨੇ ਇਹ ਸਾਬਤ ਕਰ ਦਿੱਤਾ। ਵਿੱਕੀ ਬਾਦਸ਼ਾਹ ਨੂੰ ਅੰਤਿਮ ਵਿਦਾਈ ਦੇਣ ਬਹੁਤੇ ਸੈਲੀਬ੍ਰਿਟੀ ਤਾਂ ਨਹੀਂ ਪਹੁੰਚੇ, ਪਰ ਹਜ਼ਾਰਾਂ ਦੀ ਸੰਖਿਆ 'ਚ ਪਹੁੰਚੇ ਲੋਕਾਂ ਨੇ ਸਾਬਤ ਕੀਤਾ ਕਿ ਵਿੱਕੀ ਬਾਦਸ਼ਾਹ ਲੋਕਾਂ ਦੇ ਦਿਲਾਂ 'ਤੇ ਬਾਦਸ਼ਾਹਤ ਕਾਇਮ ਰੱਖੇ ਹੋਏ ਸੀ। ਇਹੀ ਵਜ੍ਹਾ ਰਹੀ ਕਿ ਆਮ ਤੌਰ ਦੇ ਉੱਤੇ ਸੈਲੀਬ੍ਰਿਟੀਜ਼ ਦੀ ਸੰਖਿਆ ਤਾਂ ਜ਼ਿਆਦਾ ਨਹੀਂ ਰਹੀ, ਪਰ ਆਮ ਲੋਕ ਭਾਰੀ ਸੰਖਿਆ 'ਚ ਮੌਕੇ 'ਤੇ ਮੌਜੂਦ ਸੀ। ਜੇਕਰ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਫਿਰੋਜ਼ ਖਾਨ ਅਤੇ ਸਰਦਾਰ ਅਲੀ ਵਰਗੇ ਚਿਹਰੇ ਹੀ ਵਿਖਾਈ ਦਿੱਤੇ। ਇਸ ਤੋਂ ਇਲਾਵਾ ਆਮ ਲੋਕਾਂ ਦੀ ਭੀੜ ਭਾਰੀ ਸੰਖਿਆ 'ਚ ਸੀ। ਤੁਸੀਂ ਆਪ ਹੀ ਵੇਖੋ ਕੌਣ ਕੌਣ ਪਹੁੰਚਿਆ। ਵੱਡਾ ਹਾਦਸਾ ਕਿਸੇ ਨਾਲ ਨਾ ਰੱਬ ਕਰੇ, ਉਹ ਜਿਸ ਬੱਚੇ ਨੂੰ ਮੈਂ ਉਂਗਲ ਫੜ ਕੇ ਤੁਰਨਾ ਸਿਖਾਇਆ, ਨਾਲ ਤੋਰੇ ਆ, ਅੱਜ ਐਡੀਆਂ ਬੁਲੰਦੀਆਂ 'ਤੇ ਪਹੁੰਚ ਕੇ ਸਾਡਾ ਸਾਥ ਛੱਡ ਗਿਆ, ਸਾਰੇ ਪਰਿਵਾਰ ਨੂੰ ਦੁਖੀ ਕਰ ਗਿਆ। ਅਸੀਂ ਲਾਸਟ ਵਿੱਚ ਇਹੀ ਕਹਿੰਦੇ ਹਾਂ ਕਿ ਮਾਲਕ ਉਹਨੂੰ ਸਵਰਗਾਂ 'ਚ ਵਾਸਾ ਦੇਵੇ, ਕਿਉਂਕਿ ਅਸੀਂ ਪਾਕ ਰੂਹ ਖੁਸ਼ ਰੂਹ ਦੁਨੀਆਂ 'ਤੇ ਦੁਬਾਰਾ ਨਹੀਂ ਆਉਂਦੀ, ਔਰ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਆਖਰੀ ਉਹਦੇ ਨਾਲ ਵਿਦਾਈ ਕਰਕੇ ਉਹਦੇ ਤੋਂ ਭਾਜੀ ਗੱਲ ਕੀ ਹੋਈ ਸੀ, ਕਿਹੜੀ ਵਜ੍ਹਾ ਕਰਕੇ ਮਤਲਬ ਭਾਜੀ ਇਹਨਾਂ ਨੂੰ ਹੋਸਪਿਟਲ ਦੇ ਵਿੱਚ 3 ਅਟੈਕ ਲਗਾਤਾਰ ਆਏ। ਕਿਹੜੇ ਹੋਸਪਿਟਲ ਸੀ ਇਹ? ਆਪਣੇ ਦਿਆਨੰਦ ਤੋਰੇ ਆ ਭਾਜੀ, ਸੋਰਬੀ ਹੋਸਪਿਟਲ ਆ, ਉਹਦੇ ਵਿੱਚ ਡਾਕਟਰਾਂ ਨੇ ਬਹੁਤ ਕੇਅਰ ਕੀਤੀ, ਬਹੁਤ 3 ਵਾਰੀ ਉਹਨਾਂ ਨੇ ਜਾਨ ਚਲੇ ਗਈ ਸੀ ਬਚਾਇਆ, ਪੰਪਿੰਗ ਕਰ ਕਰਕੇ ਦੁਬਾਰਾ ਵਾਪਸ ਸਾਹ ਲਿਆਂਦੇ। 3 ਵਾਰੀ ਸਾਡੇ ਮੁੰਡੇ ਅੰਦਰ ਗਏ, ਭਰਾ ਮੇਰਾ ਵੱਡਾ ਗਿਆ ਚੀਨੀ ਭਾਜੀ, ਉਹ ਅੰਦਰ ਗਏ ਅਤੇ ਉਹਨਾਂ ਨੇ ਹੰਗੂਰਾ ਵੀ ਭਰਿਆ, ਅੱਖ ਵੀ ਮਲਾਈ, ਕਹਿੰਦਾ ਮੈਂ ਠੀਕ ਹਾਂ। ਅਤੇ ਉਸ ਤੋਂ ਬਾਅਦ ਡਾਕਟਰਾਂ ਨੇ ਬਾਹਰ ਕੱਢਤਾ। ਉਸ ਤੋਂ ਬਾਅਦ ਫਿਰ ਚੌਥਾ ਅਟੈਕ ਆਇਆ, ਉਹ ਚੌਥੇ ਅਟੈਕ 'ਚ ਡਾਕਟਰਾਂ ਨੇ ਬਹੁਤ ਜ਼ੋਰ ਲਾਇਆ। ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਬਚਾਉਣ ਦੀ, ਪਰ ਜੋ ਮਾਲਕ ਨੇ ਲਿਖਿਆ ਸੀ ਉਹਦੇ ਅੱਗੇ ਝੁਕਣਾ ਪੈਂਦਾ ਸਭ ਨੂੰ। ਇਸ ਕਰਕੇ ਅੱਜ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਸਾਰੇ ਵੀਰ ਜਿਹੜੇ ਮੇਰੇ ਵੀਰ ਆਏ ਨੇ, ਕਲਾਕਾਰ ਵੀਰ, ਲੀਡਰਸ ਵੈਨ, ਹੋਰ ਪ੍ਰੈਸ ਰਿਪੋਰਟਰ ਔਰ ਛੋਟੇ ਵੱਡੇ ਵੀਰ ਮੇਰੇ ਜਿਹੜੇ ਸਾਡੇ ਨਾਲ ਇਸ ਦੁੱਖ ਦੀ ਘੜੀ 'ਚ ਖੜ੍ਹੇ ਆ, ਸਾਰਿਆਂ ਨੂੰ ਮੈਂ ਇਹੀ ਕਹਾਂਗਾ ਕਿ ਆਪਣੇ ਛੋਟੇ ਵੱਡੇ ਵੀਰਾਂ ਨਾਲ ਪਿਆਰ ਕਰੋ ਔਰ ਇੱਦਾਂ ਦਾ ਦੁੱਖ ਕਿਸੇ 'ਤੇ ਵੀ ਨਾ ਆਵੇ। ਬਸ ਇਹਦੇ ਨਾਲ ਹੀ ਮੇਰੇ ਕੋਲ ਸ਼ਬਦ ਨਹੀਂ ਹੋਰ, ਸਾਰਿਆਂ ਨੂੰ ਜੈ। ਠੀਕ ਹੈ, ਸਾਨੂੰ ਪਿਆਰ ਕਰਦਾ ਸੀ ਬਹੁਤ ਵਿੱਕੀ, ਔਰ ਜਿੱਥੇ ਵੀ ਮਿਲਦਾ ਸੀ ਸਾਡੇ ਨਾਲ ਖੜਾ ਹੁੰਦਾ ਸੀ, ਹੱਸਦੇ ਸੀ, ਅਸੀਂ ਇਕੱਠੇ ਸ਼ੋਅਜ਼ ਵਗੈਰਾ 'ਤੇ ਇਕੱਠੇ ਹੁੰਦੇ ਰਹਿੰਦੇ ਸੀ। ਅੱਜ ਅਚਾਨਕ ਪਤਾ ਲੱਗਿਆ ਤਾਂ ਬੜਾ ਦਿਲ ਨੂੰ ਦੁੱਖ ਹੋਇਆ। ਮੈਂ ਅਰਦਾਸ ਕਰਦਾ ਕਿ ਪਰਮਾਤਮਾ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜੇ, ਔਰ ਸਾਨੂੰ ਅਸੀਂ ਉਹਨਾਂ ਦੇ ਬੱਚਿਆਂ ਦੇ ਵਿੱਚੋਂ ਵਿੱਕੀ ਬਾਦਸ਼ਾਹ ਨੂੰ ਦੇਖਦੇ ਹਾਂ। ਬੇਟਾ ਬੜਾ ਬਿਲਕੁਲ ਵਿੱਕੀ ਵਰਗਾ ਲੱਗਦਾ, ਔਰ ਮੈਂ ਸਾਡੇ ਸਾਰੇ ਆਰਟਿਸਟ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਬੱਚਿਆਂ ਦਾ ਸਾਥ ਦੇਣਾ, ਔਰ ਪਰਮਾਤਮਾ ਕਰੇ ਕਿ ਸਾਡਾ ਵਿੱਕੀ ਉਹਨਾਂ ਦੇ ਵਿੱਚੋਂ ਹੀ ਸਾਨੂੰ ਲੱਭਦਾ ਹੈ। ਮੇਰਾ ਮਨ ਬੜਾ ਖਰਾਬ ਹੈ, ਬੜਾ ਦੁੱਖ ਹੋਇਆ ਅੱਜ ਸਾਡੀ ਸੱਜੀ ਬਾਂਹ ਜਿਹੜਾ ਸਾਨੂੰ ਛੱਡ ਕੇ ਚਲਾ ਗਿਆ, ਦੁੱਖ ਦੀ ਘੜੀ ਹੈ। ਅਰਦਾਸ ਬੇਨਤੀ ਕਰਿਓ ਕਿ ਪਰਿਵਾਰ ਨੂੰ ਭਾਣਾ ਮਿਲਣ ਦਾ ਬਲ ਬਖਸ਼ੋ, ਕਰਨਾ ਅਰਦਾਸ ਕਰਿਓ ਸਾਰੇ ਜਣੇ, ਕਿਉਂਕਿ ਸਾਡੀ ਆਰਟਿਸਟਾਂ ਦੀ ਜਿਹੜੀ ਲਾਈਫ ਹੈ, ਪਰਮਾਤਮਾ ਸਾਨੂੰ ਸ਼ੌਹਰਤਾਂ ਦੇ ਦਿੰਦਾ, ਉਸ ਤੋਂ ਬਾਅਦ ਫਿਰ ਜਦੋਂ ਇੱਕਦਮ ਸਾਡੇ ਹੱਥ ਦੇ ਵਿੱਚ ਆਉਂਦਾ ਜਾਂਦਾ ਸਭ ਕੁਛ, ਅਤੇ ਫਿਰ ਬੜਾ ਅਤੀਤ ਵੱਲ ਨੂੰ ਦੇਖ ਕੇ ਬੜਾ ਦੁੱਖ ਲੱਗਦਾ। ਹੱਸਦੇ ਵੱਸਦੇ ਰਹੋ, ਖੁਸ਼ ਰਹੋ, ਅਰਦਾਸ ਬੇਨਤੀ ਕਰੋ। ਅਸੀਂ ਕਲਾਕਾਰ ਹਾਂ ਅਤੇ ਕਲਾਕਾਰਾਂ ਕੋਲ ਲਫ਼ਜ਼ ਬਹੁਤ ਹੁੰਦੇ ਆ, ਅਤੇ ਲਫ਼ਜ਼ਾਂ ਦੇ ਨਾਲ ਹੀ ਉਹ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਆ। ਪਰ ਅੱਜ ਐਸਾ ਵਕਤ ਹੈ ਕਿ ਮਤਲਬ ਜਿੱਥੇ ਕੋਈ ਲਫ਼ਜ਼ ਕੰਮ ਨਹੀਂ ਆ ਰਿਹਾ ਅਤੇ ਸਾਰੇ ਲਫ਼ਜ਼ ਖਤਮ ਹੋ ਗਏ। ਵਿੱਕੀ ਨੇ ਬਚਪਨ ਤੋਂ ਹੀ ਆਪਣਾ ਨਾਮ, ਪਤਾ ਨਹੀਂ ਕਿਹਨੇ ਉਹਦਾ ਨਾਮ ਬਾਦਸ਼ਾਹ ਰੱਖਿਆ ਸੀਗਾ, ਵਿੱਕੀ ਦੇ ਨਾਲ ਬਾਦਸ਼ਾਹ ਲਾਇਆ ਸੀ। ਅਤੇ
ਜਦੋਂ ਤੋਂ ਮੈਂ ਉਹਨੂੰ ਜਾਣਨ ਲੱਗਿਆ ਤੇ ਮੈਂ ਉਹਨੂੰ ਹਮੇਸ਼ਾ ਬਾਦਸ਼ਾਹ ਦੇ ਰੂਪ ਚ ਹੀ ਦੇਖਿਆ। ਉਹ ਵਾਕਈ ਨਾਮ ਦਾ ਬਾਦਸ਼ਾਹ ਵੀ ਸੀ ਔਰ ਦਿਲ ਦਾ ਵੀ ਬਾਦਸ਼ਾਹ ਸੀ। ਗਾਣਾ ਉਹ ਹਮੇਸ਼ਾ ਕਹਿੰਦਾ ਸੀਗਾ ਕਿ ਗਾਣਾ ਤੇ ਸਰਦਾਰ ਭਾਜੀ ਬਹੁਤ ਦੂਰ ਦੀ ਗੱਲ ਆ ਤੇ ਬਸ ਮੈਨੂੰ ਮੁਹੱਬਤ ਮਿਲ ਰਹੀ ਹੈ, ਮੈਂ ਇਹਦੇ ਲਈ ਹੀ ਪਰਮਾਤਮਾ ਦਾ ਮੈਂ ਸ਼ੁਕਰ ਗੁਜ਼ਾਰ ਹਾਂ। ਹਮੇਸ਼ਾ ਉਹ ਫਕੀਰਾਂ ਦੇ ਦਰ ਤੇ ਝੁਕਦਾ ਸੀ ਔਰ ਆਪਣੇ ਆਪ ਨੂੰ ਵੇਚਣ ਵਾਲਾ ਕਲਾਕਾਰ ਸੀ, ਕਮਾਉਣ ਵਾਲਾ ਘੱਟ ਸੀ ਤੇ ਵੇਚਣ ਵਾਲਾ ਜ਼ਿਆਦਾ ਸੀ। ਉਹ ਆਪਣਾ ਆਪ ਲੁਟਾ ਦਿੰਦਾ ਸੀ ਮੈਂ ਜਿੰਨਾ ਵੀ ਉਹਨੂੰ ਮਿਲਿਆ। ਮੈਂ ਮਤਲਬ ਕੱਲ੍ਹ ਜਦੋਂ ਸ਼ਾਮ ਨੂੰ ਮੈਨੂੰ ਇਹ ਨਿਊਜ਼ ਮਿਲੀ ਫੇਸਬੁੱਕ ਤੋਂ, ਅੱਜ ਕੱਲ੍ਹ ਵਾਇਰਲ ਹੋ ਜਾਂਦਾ ਸਾਰਾ ਕੁਝ ਪਤਾ ਲੱਗ ਜਾਂਦਾ, ਮੈਂ ਧਰਮਕੋਟ ਜਾ ਰਿਹਾ ਸੀ ਤੇ ਬਿਲਕੁਲ ਸੁੰਨ ਹੋ ਗਿਆ ਸਾਰਾ ਸਿਸਟਮ ਔਰ ਮੈਂ 8-10 ਜਗ੍ਹਾ ਤੇ ਫੋਨ ਕਰਕੇ ਕਨਫਰਮ ਕੀਤਾ ਕਿ ਇਹ ਕਿਸੇ ਤਰ੍ਹਾਂ ਇਹ ਜਿਹੜੀ ਨਿਊਜ਼ ਹੈ ਝੂਠ ਹੋ ਜਾਵੇ ਨਾ, ਕੋਈ ਬੰਦਾ ਕਹਿ ਦੇਵੇ ਵੀ ਜੀ ਗਲਤ ਕਿਸੇ ਨੇ ਅਫਵਾਹ ਫੈਲਾ ਦਿੱਤੀ ਜਾਂ ਕੋਈ ਸ਼ੂਟਿੰਗ ਦਾ ਕੋਈ ਸੀਗਾ ਇੱਦਾਂ ਦਾ ਪਾਰਟ ਵੀ ਸ਼ੂਟ ਕਰ ਰਹੇ ਸੀਗੇ, ਪਰ ਨਹੀਂ ਉਹ ਸੱਚ ਹੋਇਆ। ਮੈਂ ਅੱਜ ਦੇਖ ਰਿਹਾ ਮਤਲਬ ਤੁਸੀਂ ਇੱਥੋਂ ਪਿਆਰ ਅੰਦਾਜ਼ਾ ਲਾਓ ਵੀ ਮਤਲਬ ਕੋਈ ਗਿਣਤੀ ਨਹੀਂ ਹੈ ਲੋਕਾਂ ਦੀ। ਇਹ ਕੋਈ ਕਲਾਕਾਰ ਤਾਂ ਹੈ ਨਹੀਂ, ਕਲਾਕਾਰ ਤਾਂ ਥੋੜ੍ਹੇ ਜਿਹੇ ਹੋਣਗੇ ਜਿੰਨੇ ਵੀ ਆਏ ਨੇ, ਬਟ ਇਹ ਆਮ ਲੋਕ ਪਹੁੰਚੇ ਆ, ਪਬਲਿਕ ਹੈ ਅਤੇ ਪਬਲਿਕ ਉੱਥੇ ਜਾਂਦੀ ਹੈ ਜਿੱਥੇ ਉਹਨੂੰ ਕੋਈ ਪਿਆਰ ਕਰਨ ਵਾਲਾ, ਪਬਲਿਕ ਨੂੰ ਜਿਹੜਾ ਪਿਆਰ ਕਰਦਾ ਪਬਲਿਕ ਉਹਨੂੰ ਪਿਆਰ ਕਰਦੀ ਹੈ। ਅਤੇ ਇਹ ਬੰਦਾ ਐਸਾ ਸੀ ਕਦੇ ਪੈਸੇ ਪਿੱਛੇ ਨਹੀਂ, ਕਦੇ ਕਿਸੇ ਸਟੇਜ 'ਤੇ ਕਿਸੇ ਟਾਈਮਿੰਗ ਪਿੱਛੇ ਨਹੀਂ, ਕੋਈ ਝਗੜਾ ਨਹੀਂ ਕਿਸੇ ਬਾਬੇ ਨਾਲ ਨਹੀਂ, ਕਿਸੇ ਫਕੀਰ ਨਾਲ ਨਹੀਂ, ਕਿਸੇ ਕਲਾਕਾਰ ਨਾਲ ਨਹੀਂ। ਕਾਲੇ ਕੱਪੜੇ ਪਾਏ ਹੋਏ ਨੇ ਉਹਨਾਂ ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਏ ਹੋਏ ਨੇ, ਉਹਨਾਂ ਚੀਜ਼ਾਂ ਤੋਂ ਦੂਰ ਸੀ। ਮੈਂ ਲਫ਼ਜ਼ ਹੈ ਨਹੀਂ ਮੇਰੇ ਕੋਲ, ਮੈਂ ਸ਼ਰਧਾਂਜਲੀ ਕਿਹੜੇ ਲਫ਼ਜ਼ਾਂ ਨਾਲ ਮੈਂ ਪੇਸ਼ ਕਰਾਂ। ਬਸ ਖੁਦਾ ਅੱਗੇ ਦੁਆ ਕਰਦਾ ਕਿ ਅੱਲਾਹ ਪਾਕ ਜੰਨਤ ਨਸੀਬ ਕਰੇ, ਜਾਣੇ ਅਣਜਾਣੇ ਕੀਤੇ ਗੁਨਾਹਾਂ ਦੀ ਬਖਸ਼ਿਸ਼ ਹੋਵੇ। ਅਤੇ ਪਿੱਛੇ 3 ਧੀਆਂ ਛੱਡ ਗਿਆ, ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਅੱਲਾਹ ਪਾਕ ਆਪ ਨਿਭਾਵੇ। ਇਨਸਾਨਾਂ ਦੇ ਵੱਸ ਦੀ ਗੱਲ ਨਹੀਂ, ਬਾਪ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਸੋ ਬਸ ਮੈਂ ਹੁਣ ਕੁਛ ਨਹੀਂ ਕਹਿ ਸਕਦਾ, ਤੁਸੀਂ ਜਿਉਂਦੇ ਵਾਸਤੇ ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਾਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995।